ਭੈਣ ਪੁਸ਼ਪਾ, ਇਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਦਾ ਨੇ ਇਹ ਬੜਾ ਅਦਭੁਤ ਕੰਮ ਕੀਤਾ। ਇਹ ਭੈਣ ਸ਼ਾਦੀ ਤੋਂ ਪਹਿਲਾਂ ਗੁੰਗੀ ਸੀ, ਆਵਾਜ਼ ਚਲੀ ਗਈ ਸੀ, ਜਿਹਨਾਂ ਦੇ ਮਾਂ ਬਾਪ ਚਰਚ ਦੇ ਵਿੱਚ ਲੈ ਕੇ ਆਏ, ਪਾਸਟਰ ਜੀ ਨਾਲ ਗੱਲ ਕੀਤੀ ਕਿ ਸਾਡੀ ਬੇਟੀ ਦੀ ਆਵਾਜ਼ ਚਲੀ ਗਈ ਹੈ, ਇਹ ਗੁੰਗੀ ਹੋ ਗਈ ਹੈ ਔਰ ਪਾਗਲ ਵੀ ਹੋ ਗਈ ਹੈ, ਔਰ ਬੜੇ ਚਿੰਤਾ ਦੇ ਵਿੱਚ ਸੀ ਕਿਉਂਕਿ ਇੱਕੋ ਹੀ ਬੇਟੀ ਹੈ ਉਹਨਾਂ ਦੀ, ਤਿੰਨ ਬੇਟੇ ਨੇ ਔਰ ਇੱਕੋ ਹੀ ਬੇਟੀ ਹੈ। ਚਿੰਤਾ ਦੇ ਵਿੱਚ, ਫਿਕਰ ਦੇ ਵਿੱਚ ਜਦੋਂ ਖੁਦਾ ਦੇ ਦਾਸ ਨੂੰ ਮਿਲੇ, ਪਰਮੇਸ਼ਵਰ ਦੇ ਦਾਸ ਨੇ ਵਚਨ ਦੇ ਵਿੱਚ ਉਹ ਸਮਝਾਇਆ, ਪ੍ਰਾਰਥਨਾ ਕੀਤੀ ਔਰ ਥੋੜ੍ਹੇ ਦਿਨਾਂ ਦੇ ਵਿੱਚ ਤਿੰਨ ਐਤਵਾਰ ਆਉਣ ਦੇ ਦੁਆਰਾ ਪਰਮੇਸ਼ਵਰ ਨੇ ਇਹਨਾਂ ਨੂੰ ਬਿਲਕੁਲ ਚੰਗਾ ਕਰ ਦਿੱਤਾ, ਇਹਨਾਂ ਦੀ ਆਵਾਜ਼ ਕੰਮ ਕਰਨ ਲੱਗ ਪਈ। ਹਾਲੇਲੂਇਆ। ਔਰ ਪਾਗਲਪਨ ਤੋਂ ਵੀ ਪਰਮੇਸ਼ਵਰ ਨੇ ਚੰਗਾ ਕੀਤਾ, ਫਿਰ ਇਹਨਾਂ ਦੀ ਸ਼ਾਦੀ ਹੋਈ। ਭਾਈ ਸੰਤੋਸ਼ ਜੀ ਪਰਮੇਸ਼ਵਰ ਤੋਂ ਬੜੇ ਦੂਰ ਸੀਗੇ, ਯੇਸ਼ੂ ਮਸੀਹ ਨਹੀਂ ਸੀ ਜਾਣਦੇ। ਜਦੋਂ ਸ਼ਾਦੀ ਹੋਈ ਔਰ ਭੈਣ ਪੁਸ਼ਪਾ ਦੇ ਦੁਆਰਾ ਇਹਨਾਂ ਦਾ ਜੀਵਨ ਮਸੀਹ ਦੇ ਵਿੱਚ ਆਇਆ। ਹਾਲੇਲੂਇਆ, ਹਾਲੇਲੂਇਆ। ਉਸ ਤੋਂ ਬਾਅਦ ਮੁਸ਼ਕਲਾਂ ਘਟੀਆਂ ਨਹੀਂ, ਵੱਧਦੀਆਂ ਗਈਆਂ। ਹਾਲੇਲੂਇਆ। ਜਿਵੇਂ ਅਸੀਂ ਰਾਤੀ ਵਚਨ ਸੁਣ ਰਹੇ ਸੀ ਕਿ ਮਸੀਹ ਲੋਕਾਂ ਦੀਆਂ ਮੁਸ਼ਕਲਾਂ ਖਤਮ ਨਹੀਂ ਹੁੰਦੀਆਂ, ਉਹ ਵੱਧਦੀਆਂ ਜਾਂਦੀਆਂ ਨੇ, ਲੇਕਿਨ ਪਰਮੇਸ਼ੁਰ ਉਹਨਾਂ ਮੁਸ਼ਕਲਾਂ ਦੇ ਵਿੱਚ ਉਹਨਾਂ ਦੇ ਨਾਲ ਖੜਾ ਹੁੰਦਾ ਹੈ। ਹਾਲੇਲੂਇਆ, ਹਾਲੇਲੂਇਆ। ਸ਼ਾਦੀ ਹੋ ਗਈ ਔਰ ਜਦੋਂ ਵੀ ਬੱਚੇ ਦੀ ਸ਼ਾਦੀ ਕਰਦੇ ਆ, ਮਾਂ ਬਾਪ ਸੋਚਦਾ ਕਿ ਹੁਣ ਘਰ ਦੇ ਵਿੱਚ ਆਸ਼ੀਸ਼ ਵੀ ਹੋਣੀ ਚਾਹੀਦੀ। ਹਾਲੇਲੂਇਆ। ਉਹ ਨਜ਼ਰ ਵੀ ਹੋਣਾ ਚਾਹੀਦਾ। ਬੇਟੀਆਂ ਹੋਈਆਂ, ਪਰਿਵਾਰ ਦੇ ਲੋਕ ਨਿਰਾਸ਼ ਹੋ ਗਏ, ਇੱਕੋ ਹੀ ਸਾਡੀ ਬੇਟੀ ਹੈ ਔਰ ਅੱਗੋਂ ਉਹਦੀਆਂ ਵੀ ਬੇਟੀਆਂ ਨੇ। ਹਾਲੇਲੂਇਆ, ਹਾਲੇਲੂਇਆ। ਖੁਦਾ ਦੇ ਘਰ ਦੇ ਵਿੱਚ ਆਉਂਦੇ ਨੇ, ਭਾਈ ਸੰਤੋਸ਼ ਜੀ ਸਾਡੇ ਨਾਲ ਸੇਵਾ ਕਰਦੇ ਨੇ ਜਲੰਧਰ ਚਰਚ ਦੇ ਵਿੱਚ, ਔਰ ਪਰਮੇਸ਼ੁਰ ਦੇ ਇਹਨਾਂ ਦੀ ਸੇਵਾ ਨੂੰ ਕਬੂਲ ਕੀਤਾ। ਕਿੰਨੇ ਸਾਲ ਬਾਅਦ ਬੇਟਾ ਹੋਇਆ? ਸ਼ਾਦੀ ਤੋਂ ਕਿੰਨੇ ਸਾਲ ਬਾਅਦ? ਪਹਿਲਾਂ 13 ਸਾਲ ਦੀ ਇੱਕ ਬੇਟੀ ਸੀ, ਉਸ ਤੋਂ ਬਾਅਦ ਇੱਕ 9 ਸਾਲ ਦੀ ਬੇਟੀ, ਉਸ ਤੋਂ ਬਾਅਦ ਖੁਦਾ ਨੇ 2 ਸਾਲ ਬਾਅਦ ਇਹ ਬੇਟਾ ਇਹਨਾਂ ਨੂੰ ਦਿੱਤਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਖੁਦਾ ਦੀ ਸੇਵਾ ਕਦੇ ਵਿਅਰਥ ਨਹੀਂ ਜਾਂਦੀ, ਅਤੇ ਖੁਦਾ ਆਪਣੇ ਉੱਤੇ ਇਮਾਨ ਰੱਖਣ ਵਾਲਿਆਂ ਨੂੰ ਕਦੇ ਸ਼ਰਮਿੰਦਾ ਹੋਣ। ਮੈਂ ਸੋਰੀ ਮਾਫ਼ੀ ਚਾਹੁੰਦਾ ਕਿਉਂਕਿ ਮੈਂ ਸਮਾਂ ਨਾ ਦਲਿਆ। ਮੈਂ ਦੱਸਣਾ ਚਾਹੁੰਦਾ ਕਿ ਜਿਹਦੇ ਘਰ 2 ਬੇਟੀਆਂ ਹੋਈਆਂ, 3ਜੀ ਬੇਟੀ ਹੋਈ, ਅਤੇ ਇਹਨਾਂ ਦੇ ਖੁਦ ਭਰਾ ਨੇ, ਕਿਉਂਕਿ ਉਹ ਖੁਦਾ ਨੂੰ ਨਹੀਂ ਮੰਨਦੇ। ਹਾਲੇਲੂਇਆ। ਇਹਨਾਂ ਨੂੰ ਮਿਹਣਾ ਮਾਰਿਆ ਕਿ ਤੁਸੀਂ ਚਰਚ ਜਾਂਦੇ ਹੋ, ਤੁਹਾਡੇ ਘਰ ਬੇਟੀਆਂ, ਕਿਹੜਾ ਤੁਸੀਂ ਬੇਟਾ ਲੈ ਲਿਆ ਇੱਥੋਂ। ਇਸ ਗੱਲ ਦਾ ਇਹਨਾਂ ਨੇ ਆਪਣੇ ਮਨ ਵਿੱਚ ਰੱਖਿਆ, ਮੇਰੇ ਨਾਲ ਕੋਈ ਜ਼ਿਕਰ ਨਹੀਂ ਕੀਤਾ, ਪਰ ਮੈਨੂੰ ਸਮੇਂ ਤੋਂ ਬਾਅਦ ਪਤਾ ਲੱਗਾ ਕਿ ਇਹਨਾਂ ਨੂੰ ਆਹ ਗੱਲ ਦਾ ਮਿਹਣਾ ਮਾਰਿਆ, ਅਤੇ ਮੈਂ ਰੱਬ ਦੇ ਅੱਗੇ ਰੋ ਰੋ ਕੇ ਦੁਆਵਾਂ ਕਰਨੀ ਕਿ ਰੱਬਾ ਇਹਨਾਂ ਨੂੰ ਬੇਟਾ ਦੇ। ਪਰ ਇੱਕ ਦਿਨ ਚਰਚ ਦੇ ਵਿੱਚ ਜਦੋਂ ਆਏ ਤਾਂ ਮੈਂ ਬੋਝ ਸੀ ਮੇਰੇ ਮਨ ਵਿੱਚ, ਮੈਂ ਇਹਨਾਂ ਨੂੰ ਕਿਹਾ, ਮੈਂ ਪੁੱਤਰ ਇੱਧਰ ਆਓ, ਤੁਹਾਡੇ ਦੁਆ ਕਰੀਏ। ਦੁਆ ਕਰਨੀ ਸ਼ੁਰੂ ਕੀਤੀ, ਜਦੋਂ ਮੈਂ ਇਹ ਗੱਲ ਕਹਿੰਦਾ ਰੱਬਾ ਇਹਨਾਂ ਨੂੰ ਬੇਟੇ ਦੀ, ਅਤੇ ਕਹਿੰਦੀ ਦੁਆ ਦੇ ਵਿੱਚ ਆਈ, ਕਹਿੰਦੀ ਪਾਸਟਰ ਜੀ ਐਸੀ ਦੁਆ ਸਾਡੇ ਲਈ ਨਹੀਂ ਕਰਨੀ। ਮੈਂ ਕਿਹਾ ਕਾਰਨ? ਕਹਿੰਦੀ ਕਿ ਜੋ ਸਾਨੂੰ ਖੁਦਾ ਨੇ ਦਿੱਤਾ ਨਾ, ਅਸੀਂ ਉਹਦੇ ਵਿੱਚ ਖੁਸ਼ ਹਾਂ, ਸਾਨੂੰ ਕੋਈ ਜ਼ਰੂਰਤ ਨਹੀਂ। ਹਾਲੇਲੂਇਆ। ਪਰ ਮੈਂ ਇਹਨਾਂ ਨੂੰ ਫਿਰ ਇੱਕ ਗੱਲ ਕਹੀ, ਮੈਂ ਕਿਹਾ ਜੇ ਤੂੰ ਹੀ ਖੁਸ਼ ਹੀ ਹੋ ਨਾ ਇਸ ਗੱਲ ਵਿੱਚ, ਪਰ ਮੈਂ ਖੁਸ਼ ਨਹੀਂ, ਕਿਉਂਕਿ ਜਿਹੜੀ ਗੱਲ ਦਾ ਤੁਹਾਨੂੰ ਉਹਨਾਂ ਨੇ ਮਿਹਣਾ ਮਾਰਿਆ ਨਾ, ਮੇਰਾ ਯਸ਼ੂ ਸ਼ੇਰਾਂ ਦੇ ਮੂੰਹ ਬੰਦ ਕਰ ਦਿੰਦਾ ਅਤੇ ਵਿਰੋਧੀਆਂ ਦੇ ਮੂੰਹ ਨੂੰ ਬੰਦ ਕਰਨ ਦੀ ਤਾਕਤ ਰੱਖਦਾ। ਹਾਲੇਲੂਇਆ, 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 ਹਾਲੇਲੂਇਆ। ਖੁਦਾ ਦੇ ਕੋਲੋਂ ਮੰਗਿਆ, ਖੁਦਾ ਮੰਗਦਾ, ਤੂੰ ਆਪਣੇ ਲੋਕਾਂ ਨੂੰ ਕਦੇ ਸ਼ਰਮਿੰਦਾ ਨਹੀਂ ਹੋਣ ਦਿੰਦਾ, ਮੈਂ ਮੰਗਦਾ ਤੇਰੇ ਕੋਲੋਂ ਇਹਨਾਂ ਲਈ ਬੇਟਾ, ਅਤੇ ਦੇ ਤੂੰ ਦੇਣਾ ਪੈਣਾ ਤੈਨੂੰ। ਹਾਲੇਲੂਇਆ। ਤੁਹਾਡੀ ਵਫਾਦਾਰੀ, ਤੁਹਾਡੀ ਆਸ਼ੀਸ਼ ਹੈ, ਜਿੱਥੇ ਵੀ ਮਰਜ਼ੀ ਭੱਜ ਲਓ। ਜਿੰਨੇ ਵਫ਼ਾਦਾਰ ਤੁਸੀਂ ਖੁਦਾ ਨਾਲ ਹੋ, ਉਹਨਾਂ ਖੁਦਾ ਤੁਹਾਡੇ ਨਾਲ ਵਫ਼ਾਦਾਰ ਬਣੇਗਾ। ਹਾਲੇਲੂਇਆ, ਹਾਲੇਲੂਇਆ। ਤੇ ਰੱਬ ਦਾ ਸ਼ੁਕਰ ਹੈ, ਇਹ ਗੱਲ ਸੁਣ ਕੇ ਖੁਦਾ ਨੇ ਜਵਾਬ ਦਿੱਤਾ, ਇਹ ਬੇਟਾ ਦਿੱਤਾ ਇਹਨਾਂ ਨੂੰ। ਤਾੜੀ ਜਾ ਕੇ ਧੰਨਵਾਦ ਕਰਾਂਗੇ। ਹਾਲੇਲੂਇਆ, ਹਾਲੇਲੂਇਆ। ਭਾਈ ਗੁਰੂ ਜੀ ਰੱਬਦੇ ਬਹੁਤ ਵਧੀਆ। ਪਰ ਮੈਂ ਦੱਸਣਾ ਚਾਹੁੰਦਾ ਸੀ ਕਿ ਦੇਖੋ, ਮਤ ਸੋਚਿਆ ਕਰੋ ਕਿ ਹਾਏ ਰੱਬਾ ਲੋਕ ਸਾਨੂੰ ਮਿਹਣੇ ਮਾਰਦੇ, ਜੇ ਮਿਹਣੇ ਮਾਰਦੇ ਨੇ ਚੰਗੀ ਗੱਲ ਆ, ਕਿਉਂਕਿ ਪਰਮੇਸ਼ੁਰ ਉਹਦੇ ਮੂੰਹ ਬੰਦ ਰੱਖਣ ਦੀ ਤਾਕਤ ਰੱਖਦਾ। ਹਾਲੇਲੂਇਆ, 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 ਹਾਲੇਲੂਇਆ। ਤੁਸੀਂ ਮਿਹਣੇ ਨੂੰ ਬਰਦਾਸ਼ਤ ਕਰਨ ਦੀ ਤਾਕਤ ਰੱਖੋ, ਯਸੂ ਮਿਹਣਿਆਂ ਦੇ ਮਾਰਨ ਵਾਲੇ ਦੇ ਮੂੰਹ ਨੂੰ ਬੰਦ ਕਰਨ ਦੀ ਤਾਕਤ ਰੱਖਦਾ ਵਾ। ਹਾਲੇਲੂਇਆ, ਹਾਲੇਲੂਇਆ। ਆ ਕੁੜੀ ਇੱਕ ਆਈ ਆ ਆਪਣੇ, ਮੈਨੂੰ ਆ ਵਿੱਕੀ ਦੇ ਕਰੋ, ਵਿੱਕੀ ਦੇ ਕਰੋ, ਵਿੱਕੀ ਹਲਵਾਈ ਦੇ ਕਰੋ, ਉੱਠੇ ਮਾੜਾ ਜਿਹਾ, ਬੜੇ ਚਿਹਰੇ ਵਧਾ ਹੀ ਆ। ਹਾਲੇਲੂਇਆ, ਹਾਲੇਲੂਇਆ। ਬੇਟੀ ਕੇ ਇੱਥੇ ਆ, ਨਾਲ ਹੀ ਆ, ਆ ਜਾਓ ਫਿਰ ਇੱਧਰ ਜਾ ਕੇ ਇੱਕ ਮਿੰਟ। ਇਹਨਾਂ ਦੀ ਗਵਾਹੀ ਬੜੀ ਬੜੇ ਚਿਰ ਦੀ ਨਾ, ਉਹ ਮਤਲਬ ਰੁਕੀ ਹੋਈ ਆ। ਹਾਲੇਲੂਇਆ।